ਸਤਿ ਦੋਸਤੋ, ਇੱਕ ਵਾਰ ਸਵਾਗਤ ਹੈ ਜੀ ਫਿਰ ਸਾਰਿਆਂ ਦਾ, ਵੀਰਾਂ ਦਾ। ਅੱਜ ਚੰਡੀਗੜ੍ਹ ਤੋਂ ਅੰਮ੍ਰਿਤਸਰ ਸੈਮੀਨਾਰ ਰੱਖਿਆ ਗਿਆ ਸੀਗਾ ਜੀ। ਅੰਮ੍ਰਿਤਸਰ ਸੈਮੀਨਾਰ ਸੀਗਾ ਸਾਡਾ, ਅੰਮ੍ਰਿਤਸਰ ਗਿਆ ਹਜੇ ਅੱਧਾ ਘੰਟਾ ਹੋਰ। ਜੇ ਕੋਈ ਵੀਰ ਭਰਾ ਆਉਣਾ ਚਾਹੇ ਅੰਮ੍ਰਿਤਸਰ ਆ ਸਕਦਾ ਜੀ। ਚੰਡੀਗੜ੍ਹ ਅੰਮ੍ਰਿਤਸਰ ਬੱਸ ਸਟੈਂਡ ਦੇ ਕੋਲ, ਸਿਟੀ ਸੈਂਟਰ ਦੇ ਕੋਲ ਦਫ਼ਤਰ ਹੈ ਸਾਡਾ। ਕਾਫੀ ਖੁਸ਼ੀ ਹੋਈ ਅੱਜ ਸਟੂਡੈਂਟ ਨੂੰ ਮਿਲ ਕੇ। 6-6.5 ਬੈਂਡ ਦਾ ਸਟੂਡੈਂਟ ਸਾਡੇ ਕੋਲ ਆਏ ਆ ਅੱਜ, ਵਧੀਆ ਪ੍ਰੋਫਾਈਲ ਦੇ ਸਟੂਡੈਂਟ ਸੀਗੇ। ਕੈਨੇਡਾ ਸਪਾਊਸ ਵੀਜ਼ਾ ਨੂੰ ਲੈ ਕੇ ਬਹੁਤ ਐਕਸਾਈਟਿਡ ਨੇ ਮਾਰਕੀਟ ਦੇ ਸਟੂਡੈਂਟ। ਸਟੂਡੈਂਟ ਜਾਣਨਾ ਚਾਹੁੰਦਾ ਸੀਗਾ ਕਿੱਦਾਂ ਸਪਾਊਸ ਵੀਜ਼ੇ 'ਤੇ ਜਾਇਆ ਜਾ ਸਕਦਾ। ਅੱਜ ਸਾਰੇ ਸਟੂਡੈਂਟ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ ਜਾਣ ਵਾਲੇ ਸਟੂਡੈਂਟ ਦਾ ਜਿਹੜਾ ਸਪਾਊਸ ਹੈ, ਸਪਾਊਸ ਨੂੰ ਵਰਕ ਪਰਮਿਟ ਮਿਲਦਾ। ਸਪਾਊਸ 1 ਸਾਲ ਦੇ ਵਰਕ ਪਰਮਿਟ 'ਤੇ ਜਾਂਦਾ। ਜੇਕਰ ਤੁਸੀਂ ਜਾਂ ਤੁਹਾਡੇ ਵਾਈਫ ਦੋਵਾਂ 'ਚੋਂ ਇੱਕ ਜਿਹੜਾ ਪੜ੍ਹਨ ਜਾ ਰਹੇ ਜੋ ਕੈਨੇਡਾ ਦੇ ਵਿੱਚ, ਤਾਂ ਦੂਸਰੇ ਬੰਦੇ ਨੂੰ ਵਰਕ ਵੀਜ਼ਾ ਮਿਲੇਗਾ, ਵਰਕ ਪਰਮਿਟ ਅਪਲਾਈ ਹੋਏਗਾ। ਇਕੱਠਿਆਂ ਦਾ ਅਪਲਾਈ ਹੋਏਗਾ, ਇਕੱਠਿਆਂ ਦਾ ਡਿਸੀਜਨ ਆਏਗਾ, ਇਕੱਠੇ ਟਰੈਵਲ ਕਰੋਗੇ। ਅਸੀਂ ਚੈਲੰਜ ਲਿਆ ਸੀਗਾ ਅੱਗੇ ਵੀ, ਲੋਕ ਕਹਿੰਦੇ ਸੀ ਨਿਊਜ਼ੀਲੈਂਡ ਨਹੀਂ ਜੀ, ਲੈਵਲ 5-6 ਦੇ ਵਿੱਚ ਨਹੀਂ ਜਾਂਦਾ। ਅਸੀਂ ਬੱਚੇ ਭੇਜੇ, ਸਿਸਟਮ ਇਹ ਆ ਕਿ ਅਸੀਂ ਜਦੋਂ ਨਿਊਜ਼ੀਲੈਂਡ ਸਪਾਊਸ ਵੀਜ਼ਾ ਲਵਾਉਂਦੇ ਹਾਂ, ਸਾਨੂੰ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਕੋਲੋਂ ਕੇਸ ਲਵਾਉਣਾ ਪੈਂਦਾ, ਤਾਂ ਸਟੂਡੈਂਟ ਅਤੇ ਉਹਦਾ ਸਪਾਊਸ ਨਾਲ ਇਕੱਠੇ ਦੋਵੇਂ ਜਣੇ ਜਾਂਦੇ ਆ। ਜਦੋਂ ਅਸੀਂ ਗੱਲ ਕਰਦੇ ਹਾਂ ਕੈਨੇਡਾ ਦੀ, ਅਗੇਨ ਕੈਨੇਡਾ ਦੇ ਵਿੱਚ ਵੀ ਆਪਾਂ ਜਾ ਸਕਦੇ ਹਾਂ ਸਪਾਊਸ ਵੀਜ਼ਾ 'ਤੇ। ਉਹਦੇ ਵਾਸਤੇ ਇੱਕ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਜਿੱਦਾਂ ਨਿਊਜ਼ੀਲੈਂਡ 'ਚ ਹੁੰਦਾ, ਉਸੇ ਤਰੀਕੇ ਨਾਲ ਇੱਕ ਇਮੀਗ੍ਰੇਸ਼ਨ ਲਾਇਰ ਤੁਹਾਡੀ ਜੇ ਫਾਈਲ ਲਾਉਂਦਾ ਵਾ, ਤਾਂ ਤੁਸੀਂ ਕੈਨੇਡਾ ਵਰਕ ਵੀਜ਼ਾ 'ਤੇ ਜਾ ਸਕਦੇ ਜੀ। ਸਾਡੀ ਕੰਪਨੀ ਦੇ ਟਾਈਅਪ ਹੋਏ ਨੇ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਦੇ ਨਾਲ, ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ, ਕੈਨੇਡਾ 'ਚ, ਜਿਹਨਾਂ ਦੇ ਨਾਲ ਅਸੀਂ ਤੁਹਾਡਾ ਵੀਜ਼ਾ ਲਵਾ ਸਕਦੇ ਹਾਂ। ਕੋਈ ਵੀ ਮੇਰਾ ਵੀਰ ਭਰਾ ਜਿਹਨੂੰ ਕੈਨੇਡਾ ਸਪਾਊਸ ਵੀਜ਼ਾ 'ਤੇ ਜਾਣ ਦੇ ਵਿੱਚ ਕੋਈ ਦਿੱਕਤ ਹੈ, ਦਿਮਾਗ ਦੇ ਵਿੱਚ ਕੋਈ ਗਲਤ ਫਹਿਮੀ ਹੈ ਕਿ ਨਹੀਂ ਹੁੰਦਾ, ਮੇਰਾ 2 ਮਿੰਟ ਸਿਰਫ ਮੇਰੀ ਗੱਲ ਸੁਣਿਓ ਚੰਗੀ ਤਰ੍ਹਾਂ। ਕੁਛ ਨਾ ਕਰੀਏ, ਅਸੀਂ ਗੂਗਲ ਖੋਲ੍ਹ ਲਈਏ ਹੁਣੇ ਵੀਰ, ਸਾਰੇ ਜਣੇ ਗੂਗਲ ਖੋਲ੍ਹੋ, google.com, ਉਹਦੇ ਵਿੱਚ ਸਿੱਧਾ ਸਿੱਧਾ ਲਿਖ ਦਿਓ ਸਪਾਊਸ ਵੀਜ਼ਾ ਕੈਨੇਡਾ। ਜਦੋਂ ਸਪਾਊਸ ਵੀਜ਼ਾ ਕੈਨੇਡਾ ਤੁਸੀਂ ਗੂਗਲ ਦੇ ਵਿੱਚ ਖੋਲ੍ਹੋਗੇ, ਚੌਥਾ ਲਿੰਕ ਤੁਹਾਨੂੰ ਨਜ਼ਰ ਆਏਗਾ CIC ਦਾ, ਕੈਨੇਡੀਅਨ ਇਮੀਗ੍ਰੇਸ਼ਨ ਦੀ ਵੈਬਸਾਈਟ ਦਾ। ਚੌਥੇ ਲਿੰਕ ਨੂੰ ਕਲਿੱਕ ਕਰ ਲਓ, ਉਹਦੇ 'ਤੇ ਕਲੀਅਰ ਸਾਰੀਆਂ ਚੀਜ਼ਾਂ ਕੈਨੇਡੀਅਨ ਗੌਰਮੈਂਟ ਵੱਲੋਂ ਮੈਨਸ਼ਨ ਕੀਤੀਆਂ ਗਈਆਂ ਕਿ ਜਿਹੜਾ ਵੀ ਬੰਦਾ ਵੀਰ ਭਰਾ ਪੜ੍ਹਨ ਵਾਸਤੇ ਜਾਏਗਾ, ਉਹਦੀ ਵਾਈਫ ਨੂੰ 1 ਸਾਲ ਦਾ ਵਰਕ ਵੀਜ਼ਾ ਮਿਲੇਗਾ ਜਾਂ ਹਸਬੈਂਡ ਨੂੰ ਮਿਲੇਗਾ। ਜਿਹੜੇ ਵੀ ਸਪਾਊਸ ਤੌਰ 'ਤੇ ਕੈਨੇਡਾ ਜਾਣਾ ਚਾਹੁੰਦੇ ਨੇ, ਉਹ ਗੂਗਲ ਖੋਲ੍ਹ ਲੈਣ, ਗੂਗਲ ਖੋਲ੍ਹ ਕੇ ਉਹਦੇ ਵਿੱਚ ਦੇਖ ਲਓ, ਕਲੀਅਰ ਉਹਦੇ ਵਿੱਚ ਸਾਰਾ ਕੁਛ ਲਿਖਿਆ ਹੋਇਆ ਵਾ। ਜਿਹੜੇ ਵੀ ਬੰਦੇ ਨੇ ਸਪਾਊਸ ਦੇ ਤੌਰ ਦੇ ਉੱਤੇ ਵਰਕ ਪਰਮਿਟ 'ਤੇ ਜਾਣਾ ਵਾ ਕੈਨੇਡਾ, ਉਹਦੀ ਇੱਕ ਰਿਕੁਆਇਰਮੈਂਟ ਹੈ, ਉਹਨੂੰ ਇੱਕ ਇਮੀਗ੍ਰੇਸ਼ਨ ਲਾਇਰ ਦੇ ਕੋਲੋਂ ਫਾਈਲ ਲਾਉਣੀ ਪਏਗੀ। ਉਹਦਾ ਜੇ ਸਟੂਡੈਂਟ ਦਾ ਸਪਾਊਸ ਫੁੱਲ ਟਾਈਮ ਲਈ ਕੰਮ ਕਰ ਸਕਦਾ, ਜੇਕਰ ਸਟੂਡੈਂਟ ਪੜ੍ਹਨ ਜਾ ਰਿਹਾ ਵਾ। ਬਹੁਤ ਸਾਰੇ ਸਟੂਡੈਂਟ ਨੇ, ਬਹੁਤ ਸਾਰੇ ਅੱਜ ਲੋਕ ਮਿਲੇ ਨੇ ਮੈਨੂੰ ਅੰਮ੍ਰਿਤਸਰ ਦੇ ਵਿੱਚ, ਜਿਨ੍ਹਾਂ ਨੂੰ ਡਾਊਟ ਹੈ ਕਿ ਨਹੀਂ ਜੀ ਇਹ ਵੀਜ਼ਾ ਲੱਗਦਾ ਨਹੀਂ। ਦੇਖੋ, ਮੈਂ ਨਹੀਂ ਕਹਿੰਦਾ ਲੱਗਦਾ ਕਿ ਨਹੀਂ ਕਹਿੰਦਾ, ਜਦੋਂ ਆਪਾਂ ਇੱਕ ਸਰਕਾਰੀ ਗੌਰਮੈਂਟ ਦੀ ਸਾਈਟ ਖੋਲ੍ਹਦੇ ਹਾਂ, ਇੱਕ ਚੀਜ਼ ਉਹਦੇ ਉੱਤੇ ਕਲੀਅਰ ਲਿਖੀ ਹੋਈ ਹੈ, ਅਸੀਂ ਉਹ ਸਾਰੀ ਚੀਜ਼ ਵੀ ਪੜ੍ਹ ਸਕਦੇ ਹਾਂ। ਜਿਹੜੇ ਵੀ ਵੀਰ ਭਰਾ ਨੇ ਕੇਸ ਲਵਾਉਣਾ, ਇੱਕ ਚੀਜ਼ ਯਾਦ ਰੱਖਿਓ, ਇਹ ਇਮੀਗ੍ਰੇਸ਼ਨ ਲਾਇਰ ਨੇ ਫਾਈਲ ਲਾਉਣੀ, ਔਰ ਲਾਇਰ ਦੀ ਫੀਸ ਲੱਗਦੀ, ਕੋਈ ਵੀ ਚੀਜ਼ ਫਰੀ ਨਹੀਂ ਹੈਗੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੀ ਕਿਸੇ ਬ੍ਰਾਂਚ ਦੇ ਵਿੱਚ ਆ ਕੇ ਸਾਡੇ ਕੋਲੋਂ ਜਾਣਕਾਰੀ ਲੈ ਸਕਦੇ ਜੇ, ਜਾਂ ਕਿਸੇ ਵੀ ਇਮੀਗ੍ਰੇਸ਼ਨ ਲਾਇਰ ਦੇ ਥਰੂ ਇਸ ਸੰਬੰਧੀ ਸਾਰੀ ਜਾਣਕਾਰੀ ਲਿੱਤੀ ਜਾ ਸਕਦੀ ਹੈ। ਸਾਡਾ ਇਹ ਕਾਰੋਬਾਰ ਹੈ, ਅਸੀਂ ਆਪਣੇ ਕਾਰੋਬਾਰ ਵਾਸਤੇ ਵੀ ਕੰਮ ਕਰਦੇ ਹਾਂ, ਸੋਸ਼ਲ ਕਾਲ ਵੀ ਹੈ। ਜਿਹੜੇ ਵੀ ਵੀਰ ਭਰਾ ਜਾਣਾ ਚਾਹੁੰਦੇ ਨੇ ਕੈਨੇਡਾ ਵਰਕ ਪਰਮਿਟ 'ਤੇ, 15-20 ਦਿਨ ਲੱਗਦਾ ਸਪਾਊਸ ਦਾ ਵੀਜ਼ਾ ਜਿਹੜਾ ਆਉਂਦਾ ਵਾ, 15 ਦਿਨ 'ਚ ਐਡਮਿਸ਼ਨ ਹੋ ਜਾਂਦੀ, 15 ਦਿਨ ਦਾ ਬਾਕੀ ਦਾ ਪ੍ਰੋਸੈਸ ਹੈ। ਮਹੀਨੇ ਦੇ ਵਿੱਚ ਤੁਸੀਂ ਕੈਨੇਡਾ ਜਾਣ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ। ਬਟ ਰਿਕੁਆਇਰਮੈਂਟ ਕੀ ਹੈਗੀਆਂ ਵਾ, ਜਿਹੜਾ ਸਪਾਊਸ ਹੈ ਉਹ ਵਿਹਲਾ ਨਹੀਂ ਹੋਣਾ ਚਾਹੀਦਾ, ਉਹ ਕੋਈ ਕੰਮਕਾਰ ਕਰਦਾ ਹੋਵੇ, ਉਹਦੀ ਕੋਈ ਇਨਕਮ ਟੈਕਸ ਦੀ ਰਿਟਰਨ ਹੋਵੇ, ਉਹਦੇ ਕੋਲ ਕੋਈ ਖਾਤੇ 'ਚ ਕੋਈ ਪੈਸੇ ਪਏ ਹੋਣ। ਜਿਹੜਾ ਵੀ ਵੀਰ ਜਾਣਾ ਚਾਹੁੰਦਾ ਵਾ ਉਹ ਸਾਡੀ ਜਾਣਕਾਰੀ ਸਾਨੂੰ ਮਿਲ ਸਕਦਾ ਆ ਕੇ। ਜਿਹੜੇ ਸਪਾਊਸ ਨੇ ਜਾਣਾ ਵਾ ਉਹ ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਉਹ ਵੀਰ ਵਿਹਲਾ ਨਾ ਹੋਵੇ। ਜਿਹੜੇ ਸਟੂਡੈਂਟ ਨੇ ਜਾਣਾ ਉਹਦੇ 6.5 ਬੈਂਡ ਹੋਣ, ਚੰਗੇ ਬੈਂਡ ਹੋਣ, ਚੰਗੇ ਨੰਬਰ ਹੋਣ। ਜਿਹੜਾ ਸਟੂਡੈਂਟ ਹੈ ਉਹ ਮਾਸਟਰ ਡਿਗਰੀ 'ਚ ਦਾਖਲਾ ਲਿਆ ਹੋਵੇ, ਉਹ ਕਿਸੇ ਚੰਗੀ ਯੂਨੀਵਰਸਿਟੀ 'ਚ ਪੜ੍ਹਨ ਜਾ ਰਿਹਾ ਹੋਊਗਾ, ਤਾਂ ਸਪਾਊਸ ਵੀਜ਼ਾ ਮਿਲਣਾ। ਬਹੁਤ ਸਾਰੇ ਲੋਕਾਂ ਵੱਲੋਂ ਨਖਿਧਿਆ ਜਾਂਦਾ, ਨਹੀਂ ਜੀ ਹੁੰਦਾ ਨਹੀਂ। ਇਹ ਲੋਕ ਪਹਿਲਾਂ ਲੋਕਾਂ ਨੂੰ ਕਹਿੰਦੇ ਸੀ ਨਹੀਂ ਜੀ ਨਿਊਜ਼ੀਲੈਂਡ ਦਾ ਤਾਂ ਸਪਾਊਸ ਵੀਜ਼ਾ ਹੁੰਦਾ ਹੀ ਨਹੀਂ, ਪਹਿਲਾਂ ਇਕੱਲੀ ਕੁੜੀ ਜਾਊਗੀ, 3 ਮਹੀਨੇ ਬਾਅਦ ਜਾਊਗਾ ਜੀ ਬੰਦਾ। ਅਸੀਂ ਕਾਫੀ ਵੀਜ਼ੇ ਆਲਰੇਡੀ ਦਿਖਾ ਚੁੱਕੇ ਹਾਂ, ਅਸੀਂ ਰਿਜ਼ਲਟ ਦਿਖਾਇਆ ਵਾ। ਹੁਣ ਇਹ ਲੋਕ ਮਨਾ ਨਹੀਂ ਕਰਦੇ, ਹੁਣ ਇਹਨਾਂ ਨੇ ਵੀ ਸ਼ੁਰੂ ਕਰਤਾ ਵੀ ਚਲੋ ਕੋਈ ਨਹੀਂ, ਜੇ ਵਿਨੇਰ ਹੀ ਭੇਜਦਾ ਤਾਂ ਅਸੀਂ ਵੀ ਭੇਜ ਦਿੰਦੇ ਹਾਂ, ਸਾਨੂੰ ਤੁਸੀਂ 10,000-20,000 ਰੁਪਏ ਘੱਟ ਦੇ ਦਿਓ। ਇਹ ਪੈਸਿਆਂ ਦੀ ਗੱਲ ਨਹੀਂ ਹੈਗੀ, ਇਹ ਪ੍ਰੋਡਕਟ ਦੀ ਗੱਲ ਹੈ, ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ। ਜੇਕਰ ਤੁਹਾਡਾ ਵੀਜ਼ਾ ਨਹੀਂ ਲੱਗਣਾ ਤਾਂ ਵਿਨੇਰੀ ਨੂੰ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਚਾਹੀਦਾ, ਕਿਸੇ ਤਰ੍ਹਾਂ ਦਾ ਕੋਈ ਪੈਸਾ, ਸਾਨੂੰ ਪੈਸਾ ਨਹੀਂ ਪਹਿਲਾਂ ਨਹੀਂ ਦੇਣਾ, ਸਾਰੇ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹੈ। ਜਿਹੜਾ ਵੀ ਸਟੂਡੈਂਟ ਕੈਨੇਡਾ ਪੜ੍ਹਨ ਜਾਏਗਾ, ਜੇਕਰ ਉਹ ਮਾਸਟਰ ਡਿਗਰੀ 'ਚ ਦਾਖਲਾ ਲੈਂਦਾ,
ਉਹ ਕਿਸੇ ਯੂਨੀਵਰਸਿਟੀ ਚ ਪੜ੍ਹਨ ਜਾਂਦਾ ਹੈ, ਜੇਕਰ ਉਹਦੇ 6.5 ਬੈਂਡ ਹੁੰਦੇ ਆ, ਜੇਕਰ ਉਹਦਾ ਸਪਾਊਸ ਪੜ੍ਹਿਆ ਲਿਖਿਆ ਵਾ, ਉਹਦੇ ਕੋਈ ਕਾਰੋਬਾਰ ਹੈ, ਉਹਦੀ ਕੋਈ ਇਨਕਮ ਟੈਕਸ ਦੀ ਰਿਟਰਨ ਜਾਂਦੀ ਹੈ, ਤਾਂ ਉਹ ਸਪਾਊਸ ਮੇਰਾ ਵੀਰ ਵਰਕ ਪਰਮਿਟ ਤੇ ਜਾ ਸਕਦਾ। ਜੇਕਰ ਉਹਨਾਂ ਦੇ ਬੱਚੇ ਆ ਤਾਂ ਬੱਚੇ ਵੀ ਨਾਲ ਜਾ ਸਕਦੇ ਨੇ। ਜੇਕਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਬੜੀ ਵਧੀਆ ਆਪਸ਼ਨ ਹੈ ਜੀ, ਤੁਸੀਂ ਵਰਕ ਵੀਜ਼ਾ ਤੇ ਜਾ ਸਕਦੇ ਹੋ, ਆਪਣੀ ਵਾਈਫ ਦੇ ਨਾਲ ਜਾ ਕੇ ਉੱਥੇ ਪੜ੍ਹ ਕੇ ਲੇਟਰ ਔਨ ਸਟੇਜ ਦੇ ਉੱਤੇ ਕੱਲ ਨੂੰ ਪੱਕੇ ਵੀ ਹੋ ਸਕਦੇ ਹੋ। ਬਟ ਅਸੀਂ ਇਹ ਕੇਸ ਉਹਦਾ ਹੀ ਲਵਾਂਗੇ ਜਿਹਨਾਂ ਦੇ ਬੈਂਡ ਚੰਗੇ ਆ, ਜਿਹੜੇ ਕੋਈ ਪੜ੍ਹਨ ਵਾਸਤੇ ਜਾਣਾ ਚਾਹੁੰਦੇ ਆ, ਜਿਹੜੇ ਵੀਰ ਪਹੁੰਚਣਾ ਚਾਹੁੰਦੇ ਆ, ਨਵੇਂ ਨਵੇਂ ਵਿਆਹ ਕਰਾ ਕੇ ਕਿਸੇ ਗਰੀਬ ਦੀ ਮਜਬੂਰੀ ਦਾ ਫਾਇਦਾ ਉਠਾ ਕੇ, ਇੱਦਾਂ ਦੇ ਲੋਕਾਂ ਦਾ ਕੇਸ ਅਸੀਂ ਨਹੀਂ ਲੈਣ ਨੂੰ ਤਿਆਰ ਹੈਗੇ। ਵਿਆਹ ਮੈਰਿਜ ਪੁਰਾਣੀ ਹੋਣੀ ਚਾਹੀਦੀ ਹੈ, ਜੇ ਨਵੀਂ ਆ ਤਾਂ ਘੱਟੋ ਘੱਟ ਮੈਚ ਹੋਵੇ, ਇਹ ਨਾ ਹੋਵੇ ਕਿ ਮੁੰਡਾ 10ਵੀਂ ਪਾਸ ਹੋਵੇ ਤਾਂ ਲੜਕੀ ਮਾਸਟਰ 'ਚ ਹੋਵੇ, ਦੋਵਾਂ ਦਾ ਮੈਚ ਹੋਣਾ ਚਾਹੀਦਾ ਵਾ, ਪੈਸੇ ਹੋਣੇ ਚਾਹੀਦੇ ਖਾਤਿਆਂ 'ਚ। ਅਲਟੀਮੇਟਲੀ ਵੀਜ਼ਾ ਅੰਬੈਸੀ ਨੇ ਦੇਣਾ, ਵੀਜ਼ਾ ਉਹਨੂੰ ਮਿਲਣਾ, ਜਿਹੜੇ ਲੋਕ ਜੈਨੂਨ ਹੈਗੇ ਆ ਸਾਰਿਆਂ ਨੂੰ ਵੀਜ਼ੇ ਨਹੀਂ ਮਿਲਣੇ। ਇੱਕ ਵਾਰੀ ਫਿਰ ਸਾਰੇ ਵੀਰ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਜਿਹਨੇ ਵੀ ਜਾਣਾ ਵਾ, ਸੋਚ ਸਮਝ ਕੇ, ਕਾਨੂੰਨ ਸਾਰੀਆਂ ਚੀਜ਼ਾਂ ਪੜ੍ਹ ਕੇ, ਇਹ ਨਹੀਂ ਕਿ ਵਿਨੇ ਹਰੀ ਨੇ ਕਹਿ ਦਿੱਤਾ ਕੈਨੇਡਾ ਦਾ ਵਰਕ ਪਰਮਿਟ ਲੱਗ ਜੂਗਾ ਅਤੇ ਸਾਰਿਆਂ ਦਾ ਲੱਗ ਜੂਗਾ, ਵੀਜ਼ੇ ਰਿਫਿਊਜ਼ ਵੀ ਹੁੰਦੇ ਆ। ਜੋ ਰੂਲ ਰੈਗੂਲੇਸ਼ਨ ਹੈਗੇ ਆ ਉਹ ਦੱਸਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਚੀਜ਼ਾਂ ਲਈ ਸਾਡੇ ਦਫ਼ਤਰਾਂ 'ਚ ਆਓ, ਇਹ ਕਮਰਸ਼ੀਅਲ ਕਾਰੋਬਾਰ ਹੈ ਜੀ, ਪੈਸੇ ਕਮਾਉਣ ਵਾਸਤੇ ਕੰਮ ਕੀਤਾ ਜਾਂਦਾ। ਜੇਕਰ ਤੁਹਾਡਾ ਵੀਜ਼ਾ ਲੱਗੇਗਾ, 4 ਪੈਸੇ ਸਾਨੂੰ ਵੀ ਬਚਣਗੇ। ਚੰਡੀਗੜ੍ਹ ਦੇ ਵਿੱਚ 34A ਸੈਕਟਰ ਦੇ ਵਿੱਚ ਦਫ਼ਤਰ ਹੈ ਜੀ ਸਾਡਾ, 34A ਫਾਰਮਰ ਰੈਸਟੋਰੈਂਟ ਦੇ ਉੱਪਰ ਪਹਿਲੀ ਮੰਜ਼ਿਲ ਦੇ ਉੱਤੇ ਤੁਸੀਂ ਆਉਣਾ ਵਾ ਜੀ। ਸੋਮਵਾਰ ਆ ਸਕਦੇ ਜੇ, ਮੰਗਲਵਾਰ ਆ ਸਕਦੇ ਜੇ, ਸ਼ਨੀਤਵਾਰ ਐਤਕੀ ਛੁੱਟੀ ਦੇ ਦਿਓ ਜੀ, ਬੜੇ ਦਿਨ ਹੋ ਗਏ ਛੁੱਟੀ ਨਹੀਂ ਹੋਈ, ਸ਼ਨੀਤਵਾਰ ਔਫ ਹੈ ਜੀ। ਤੁਸੀਂ ਜਿੰਨੇ ਵੀ ਮੇਰੇ ਵੀਰ ਭਰਾ ਨੇ ਆਉਣਾ ਹੁਣ ਸਾਡੇ ਕੋਲ, ਸੋਮਵਾਰ ਆਇਓ। ਅੰਮ੍ਰਿਤਸਰ ਮੈਂ ਹੈਗਾ ਜੀ ਅੱਧਾ ਘੰਟਾ ਹੋਰ, ਜੇ ਕਿਸੇ ਨੇ ਆਉਣਾ ਉਹ ਅੰਮ੍ਰਿਤਸਰ ਆ ਸਕਦਾ ਜੇ, ਅਦਰਵਾਈਜ਼ ਦਿੱਲੀ ਦੇ ਵਿੱਚ ਵੀ ਜਾਣਕਾਰੀ ਲਿੱਤੀ ਜਾ ਸਕਦੀ ਹੈ, ਜਾ ਕੇ ਜਲੰਧਰ ਸਾਡਾ ਦਫ਼ਤਰ ਹੈਗਾ ਜੀ, BMC ਚੌਂਕ, ਸੋਮਵਾਰ ਨੂੰ ਉੱਥੇ ਆ ਸਕਦੇ ਜੀ। ਦੁਬਾਰਾ ਫਿਰ ਕੋਸ਼ਿਸ਼ ਕਰਾਂਗੇ ਜੀ ਘੰਟੇ ਕੁ ਤੱਕ ਦੁਬਾਰਾ ਲਾਈਵ ਹੋਣ ਦੀ। ਹੁਣ ਨੂੰ ਦਿਓ ਜੀ ਸਾਰੀ ਇਜਾਜ਼ਤ, ਫਿਰ ਮਿਲਦੇ ਹਾਂ ਜੀ ਦੁਬਾਰਾ, ਧੰਨਵਾਦ।